कृष्ण आडवाणी भाजपा के शिखर पुरुष माने जाते हैं 1980 में जब वीएचपी ने अयोध्या में राम जन्मभूमि के स्थान पर मंदिर निर्माण के लिए आंदोलन की शुरुआत की थी तो लालकृष्ण आडवाणी के नेतृत्व में बीजेपी राम मंदिर आंदोलन का चेहरा बन चुकी थी आप देख रहे हैं हैं कि ये जो तस्वीरें ਭਾਰਤ ਰਤਨ ਸੋ ਲਾਲ ਕਿਸ਼ਨ ਅਡਵਾਨੀ ਨੂੰ ਭਾਰਤ ਰਤਨ ਦਿੱਤਾ ਗਿਆ ਔਰ ਘਰ ਜਾ ਕੇ ਖੁਦ ਰਾਸ਼ਪਤੀ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਹੈ ਦੇਸ਼ ਦੇ ਸਰਵਉੱਚ ਨਾਗਰਿਕ ਸਨਮਾਨ ਭਾਰਤ ਰਤਨ ਦੇ ਨਾਲ ਨਵਾਜੇ ਗਏ ਨੇ ਲਾਲ ਕਿਸ਼ਨ ਅਡਵਾਨੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉੱਥੇ ਪਹੁੰਚੇ ਰਾਸ਼ਪਤੀ ਦ੍ਰੋਪਦੀ ਮੁਰਮੂ ਪਹੁੰਚੇ ਔਰ ਉਹਨੇ 90 ਸਾਲ ਤੋਂ ਵੱਧ ਉਮਰ ਲਾਲ ਕਿਸ਼ਨ ਅਡਵਾਨੀ ਦੀ ਹੋ ਚੁੱਕੀ ਹੈ ਭਾਰਤ ਰਤਨ ਸੇ ਉਹਨਾਂ ਨੂੰ ਘਰ ਜਾ ਕੇ ਅਜਿਹਾ ਸਨਮਾਨ ਦੇ ਨਾਲ ਨਵਾਸਿਆ ਗਿਆ ਭਾਰਤ ਰਤਨ ਸਨਮਾਨ ਉਹਨਾਂ ਨੂੰ ਦਿੱਤਾ ਗਿਆ ਹੈ ਸੰਗੀਤ ਕਰਨੇ ਵਾਲਾ ਭਾਰਤੀ ਜਨਤਾ ਪਾਰਟੀ ਨੂੰ ਸਿਰਫ ਇਸ ਮੁਕਾਮ ਤੱਕ ਪਹੁੰਚਾਉਣ ਦੇ ਵਿੱਚ ਅਡਵਾਨੀ ਦੀ ਅਹਿਮ ਭੂਮਿਕਾ ਰਹੀ ਹੈ ਲਾਲ ਕਿਸ਼ਨ ਅਡਵਾਨੀ ਦਾ ਇੱਕ ਦੌਰ ਸੀ ਜਦੋਂ ਉਹਨਾਂ ਨੇ ਰਥ ਯਾਤਰਾ ਦੇ ਜ਼ਰੀਏ ਜਿਹੜਾ ਕੋਰ ਇਹ ਕਿਹਾ ਜਾਂਦਾ ਹੈ ਕਿ ਕਨਸੈਪਟ ਹੈ ਭਾਜਪਾ ਦੀ ਐਨਟਾਇਰ ਪੋਲਿਟਿਕਸ ਦਾ ਪੂਰੀ ਸਿਆਸਤ ਦਾ ਇੱਕ ਕੋਰ ਕਨਸੈਪਟ ਹੈ ਇੱਕ ਬੇਸ ਹੈ ਇੱਕ ਆਧਾਰ ਹੈ ਹਿੰਦੂਤਵ ਜਿਹੜਾ ਹੈਗਾ ਉਸ ਨੂੰ ਲੈ ਕੇ ਲਾਲ ਕਿਸ਼ਨ ਅਡਵਾਨੀ ਨੇ ਰਥ ਯਾਤਰਾ ਜਦੋਂ ਕੱਢੀ ਤਾਂ ਉਸ ਵੇਲੇ ਉਹ ਆਧਾਰ ਜਿਹੜਾ ਹੈਗਾ ਉਸ ਨੂੰ ਮਜ਼ਬੂਤ ਕੀਤਾ ਔਰ ਦੋ ਸੀਟਾਂ ਤੋਂ ਫਿਰ ਭਾਜਪਾ ਨੂੰ ਮੁੱਖ ਵਿਰੋਧੀ ਧਿਰ ਦੇ ਵਿੱਚੋਂ ਲਾਲ ਕਿਸ਼ਨ ਅਟਵਾਣੀ ਤੇ ਉਸ ਵੇਲੇ ਅਟਲ ਬਿਹਾਰੀ ਵਾਜਪਈ ਉਹਨਾਂ ਦੇ ਨਾਲ ਸੀ ਜਿਹੜੇ लगातार का बीजेपी इस मुकाम तक बात करते हैं और खुद प्रधानमंत्री मौजूद प्रधानमंत्री राष्ट्रपति द्रौपदी मुर्मू उपराष्ट्रपति जगदीप धनखड़ के आवास पर पहुंच कर उन्हें भारत रत्न उन्होंने रिहायश ते पहुंच के सम्मानित किया गया है नवाजे गया लाल कृष्ण अडवाणी मौका है ਲੰ ਦੇਖ ਰਹੇ ਕਿ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨਾਲ ਹੀ ਵੈਂਕাইয়া ਨਾਇਡੂ ਉਪ ਪ੍ਰਧਾਨ ਮੰਤਰੀ ਪૂર્વ ਪ੍ਰਧਾਨ ਮੰਤਰੀ ਵੈਂਕাইয়া ਨਾਇਡੂ ਦੇ ਨਾਲ ਹੀ ਭਾਜਪਾ ਦੇ ਬਾਕੀ ਸੀਨੀਅਰ ਲੀਡਰਸ਼ਿਪ ਜੋ ਲਾਲ ਕਿਸ਼ਨ ਅਡਵਾਨੀ ਦਾ ਲਾਲ ਕਿਸ਼ਨ ਅਡਵਾਨੀ ਜਨ ਸੰਗ ਤੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਨਵਰਟ ਕਰਨ ਵਾਲੇ ਜਿਹੜੇ ਦੋ ਚਿਹਰੇ ਸੀਗੇ ਉਸ ਦੌਰ ਦੇ ਵਿੱਚ तकरीबन ਇਹ 70 80 ਦੇ ਦਹਾਕੇ ਦੀ ਗੱਲ ਜਦੋਂ ਅਟਲ ਵਿਹਾਰੀ ਵਾਜਪਈ ਤੇ ਲਾਲ ਕਿਸ਼ਨ ਅਡਵਾਨੀ ਸਭ ਤੋਂ ਇੰਟਰਸਟਿੰਗ ਪੁਆਇੰਟ ਕੀ ਹੈ ਸਭ ਤੋਂ ਇੰਟਰਸਟਿੰਗ ਪੁਆਇੰਟ ਹੈ ਕਿ ਸ਼ੁਰੂਆਤ ਦੇ ਵਿੱਚ ਆਰਐਸਐਸਸੀ ਰਾਸ਼ਟਰੀ ਸਵੈਮ ਸੇਵਕ ਸੰਘ ਆਰਐਸਐਸ ਨੇ ਪੋਲਿਟিক্যাল ਵਿੰਗ ਦੇ ਵਿੱਚੋਂ ਭਾਰਤੀ ਜਨਤਾ ਪਾਰਟੀ ਨੂੰ ਐਸਟੈਬਲਿਸ਼ ਕੀਤਾ ਗਿਆ ਭਾਰਤੀ ਜਨਤਾ ਪਾਰਟੀ ਐਸਟੈਬਲਿਸ਼ ਹੁੰਦੀ ਹੈ ਆਰਐਸਐਸ ਦੇ ਪੋਲਿਟিক্যাল ਵਿੰਗ ਦੇ ਵਿੱਚੋਂ ਔਰ ਸ਼ੁਰੂਆਤ ਜਿਹੜੀ ਹੈਗੀ ਹੈ ਫਾਊਂਡਰ ਮੈਂਬਰ ਜਿਹੜੇ ਸੀਗੇ ਉਸ ਦੇ ਵਿੱਚ ਲਾਲ ਕਿਸ਼ਨ ਅਡਵਾਨੀ ਤੇ ਟਟਲ ਬਿਹਾਰੀ ਵਾਜਪਈ ਜਿਹੜੀ ਸ਼ੁਰੂਆਤ ਦੇ ਵਿੱਚ ਦੋ ਸੀਟਾਂ ਤੇ ਜਿੱਤ ਕੇ ਜਦੋਂ ਬੀਜੇਪੀ ਪਹੁੰਚਦੀ ਹੈ ਉਸ ਵੇਲੇ ਤੋਂ ਇਹ ਸਿਆਸਤ ਜਿਹੜੀ ਹੈਗੀ ਇਹ ਸ਼ੁਰੂ ਹੁੰਦੀ ਹੈ ਔਰ ਉਸ ਵੇਲੇ ਤੋਂ ਸ਼ੁਰੂ ਹੋਈ ਸਿਆਸਤ ਨੂੰ ਹੋਰ ਅੱਗੇ ਤੋਰਦੀ ਹੈ ਇਹ ਜੋੜੀ ਭਾਜਪਾ ਅਟਲ ਬਿਹਾਰੀ ਵਾਜਪਈ ਤੇ ਲਾਲ ਕਿਸ਼ਨ ਅਟਵਾਣੀ ਦੀ ਇਹ ਜੋੜੀ ਸੀ ਜਿਸ ਨੇ ਭਾਜਪਾ ਨੂੰ ਇਸ ਮੁਕਾਮ ਤੱਕ ਪਹੁੰਚਾਇਆ ਗੁਜਰਾਤ ਦੀ ਗਾਂਧੀਨਗਰ ਸੀਟ ਤੋਂ ਚੋਣ ਲੜਦੇ ਰਹੇ ਜਿੱਤੇ ਰਹੇ ਹੋਮ ਮਿਨਿਸਟਰ ਵੀ ਰਹੇ ਅਟਲ ਬਿਹਾਰੀ ਵਾਜਪਈ ਦੀ ਸਰਕਾਰ ਦੇ ਵਿੱਚ ਡਿਪਟੀ ਪੀਐਮ ਰਹੇ ਤੇ ਐਮਰਜੈਂਸੀ ਦੇ ਦੌਰਾਨ ਚੇਲ ਗਏ ਲਾਲ ਕਿਸ਼ਨ ਅਟਵਾਣੀ ਆਰਐਸਐਸ ਦੇ ਪ੍ਰਚਾਰਕ ਰਹੇ ਉਹ ਸਾਰੀਆਂ ਭੂਮਿਕਾ ਨੇ ਅਜੇ ਹੀਆਂ ਜਿਹੜੀ ਲਾਲ ਕਿਸ਼ਨ اڈਵਾਨੀ ਨੇ ਨਿਭਾਈਆਂ ਪਰ ਸਭ ਤੋਂ ਅਹਿਮ ਗੱਲ ਕੀ ਸੀ ਕਿ ਇਸ ਇਸ ਪੂਰੇ ਇੱਕ ਲਾਈਨ ਨੂੰ ਫੋਲੋ ਕਰਦੇ ਹੋਏ ਵੀ ਅਤਲ ਬਿਹਾਰੀ ਵਾਜਪਈ ਦਾ ਜਿਹੜਾ ਜ਼ਿਕਰ ਹੁੰਦਾ ਉਹ ਜ਼ਿਕਰ ਅਕਸਰ ਉਹਨਾਂ ਦੀ ਉਸ ਤਕਰੀਰ ਦੇ ਲਈ ਹੁੰਦਾ ਹੈ ਜਿਹੜੀ ਉਹਨਾਂ ਨੇ ਸੰਸਦ ਦੇ ਵਿੱਚ ਦਿੱਤੀ ਸੀ ਉਹਨਾਂ ਨੇ ਕਿਹਾ ਸੀਗਾ ਕਿ ਡੈਮੋਕ੍ਰੇਸੀ ਦਾ ਮਤਲਬ ਕੀ ਜਮਹੂਰੀਅਤ ਦਾ ਮਤਲਬ ਕੀ ਕਿ ਜੇਕਰ 99% ਲੋਕ ਇੱਕ ਪਾਸੇ ਖੜੇ ਨੇ ਔਰ 1% ਲੋਕ ਵੀ ਜੇਕਰ ਉਸ ਵਿੱਚ ਆਪਣੀ ਆਵਾਜ਼ ਰੱਖਣਾ ਚਾਹੁੰਦੇ ਨੇ ਉਹਨਾਂ ਦੇ ਅਗੇਂਸਟ ਰੱਖਣਾ ਚਾਹੁੰਦੇ ਨੇ ਤਾਂ ਉਹਨਾਂ ਨੂੰ ਸਪੇਸ ਦਿੱਤਾ ਜਾਵੇ। ਔਰ ਇਸੇ ਤਕਰੀਰ ਨੂੰ ਇਹ ਤਕਰੀਰ ਬਹੁਤ ਵਾਇਰਲ ਵੀ ਹੋਈ ਇਹ ਤਕਰੀਰ ਜਿਹੜੀ ਹੈਗੀ ਹੈ ਇਹ ਭਾਸ਼ਣ ਜਿਹੜਾ ਹੈਗਾ ਬਹੁਤ ਵਾਰ ਸੁਣਿਆ ਵੀ ਗਿਆ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਪ੍ਰਸਿੱਧਿਤ ਵੀ ਹੋਇਆ ਭਾਜਪਾ ਦੇ ਤਿੰਨ ਵਾਰ ਕੌਮੀ ਪ੍ਰਧਾਨ ਰਹੇ ਨੇ ਭਾਜਪਾ ਦੇ ਫਾਊਂਡਰ ਮੈਂਬਰ ਰਹੇ ਨੇ ਲਾਲ ਕਿਸ਼ਨ ਅਡਵਾਨੀ ਤੇ ਉਹਨਾਂ ਨੇ ਜਿਸ ਤਰੀਕੇ ਆਪਣੇ ਆਪ ਦੇ ਵਿੱਚ ਇਸ ਪੂਰੇ ਕਨਸੈਪਟ ਨੂੰ ਡਿਫਾਈਨ ਕੀਤਾ ਉਸ ਨੂੰ ਲੈ ਕੇ ਮੰਨਿਆ ਹੁੰਦਾ ਕਿ ਬੇਸ਼ੱਕ ਉਹ ਇੱਕ ਵੱਖਰੀ ਵਿਚਾਰ ਧਾਰਾ ਦੇ ਨਾਲ ਭਾਰਤੀ ਸਿਆਸਤ ਦੇ ਵਿੱਚ ਆਏ ਪਰ ਉਸ ਵਿਚਾਰ ਧਾਰਾ ਨੂੰ ਮੰਨਦੇ ਹੋਏ ਉਸ ਤੇ ਫਲੋਅਰ ਹੁੰਦੇ ਹੋਏ ਉਹਨਾਂ ਨੇ ਦੇਸ਼ ਦਾ ਜਿਹੜਾ ਜਮਹੂਰੀ ਸਿਸਟਮ ਸੀਗਾ ਉਸ ਨੂੰ ਵੱਡੇ ਪੱਧਰ ਤੇ ਸਨਮਾਨ ਦਿੱਤਾ ਦੋ ਵਾਰ ਦੇ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਨੇ ਲਾਲ ਕਿਸ਼ਨ ਅਡਵਾਨੀ ਉਪ ਪ੍ਰਧਾਨ ਮੰਤਰੀ ਰਹੇ ਨੇ ਭਾਰਤ ਦੇ ਤੇ ਕਈ ਅਹਿਮ ਜ਼ਿੰਮੇਵਾਰੀਆਂ ਉਹਨਾਂ ਦੇ ਕੋਲ ਰਹੀਆਂ ਸਾਬਕਾ ਸੂਚਨਾ ਤੇ ਪ੍ਰਸਾਰਣ ਮੰਤਰੀ ਲਾਲ ਕਿਸ਼ਨ ਅਡਵਾਨੀ ਰਹੇ ਗੁਜਰਾਤ ਦੀ ਗਾਂਧੀਨਗਰ ਸੀਟ ਉਹਨਾਂ ਦੀ ਜੱਦੀ ਸੀਟ ਰਹੀ ਬਹੁਤ ਲੰਬੇ ਵਕਤ ਤੱਕ ਉਹ ਸੀਟ ਤੋਂ ਜਿੱਤਦੇ ਰਹੇ ਸਭ ਔਰ ਇਹ ਤਸਵੀਰ ਜਿਹੜੀ ਹੈ ਇਸ ਤਸਵੀਰ ਦੇ ਵਿੱਚ ਪ੍ਰਧਾਨ ਮੰਤਰੀ ਦੇ ਨਾਲ ਬੈਠੇ ਨਜ਼ਰ ਆ ਰਹੇ ਨੇ ਔਰ ਖੁਦ ਪ੍ਰਧਾਨ ਮੰਤਰੀ ਵੀ ਕਈ ਥਾਂ ਤੇ ਜ਼ਿਕਰ ਕਰਦੇ ਨੇ ਇਸ ਗੱਲ ਨੂੰ ਮੰਨਦੇ ਨੇ ਕਿ ਲਾਲ ਕਿਸ਼ਨ ਅਡਵਾਨੀ ਉਹਨਾਂ ਦੇ ਰਾਜਨੀਤਿਕ ਗੁਰੂ ਵੀ ਰਹੇ ਨੇ ਉਹਨਾਂ ਨੂੰ ਇਸ ਮੁਕਾਮ ਤੱਕ ਲਿਆਉਣ ਦੇ ਵਿੱਚ ਲਾਲ ਕਿਸ਼ਨ ਅਡਵਾਨੀ ਦਾ ਬਹੁਤ ਵੱਡਾ ਰੋਲ ਹੈ ਬਹੁਤ ਵੱਡੀ ਭੂਮਿਕਾ ਹੈ ਸੋ ਲਾਲ ਕਿਸ਼ਨ ਅਡਵਾਨੀ ਨੂੰ ਉਹਨਾਂ ਦੇ ਘਰ ਜਾ ਕੇ ਦੇਸ਼ ਦੀ ਰਾਸ਼ਪਤੀ ਦ੍ਰੋਪਦੀ ਮੁਰਬੂ ਨੇ ਭਾਰਤ ਰਤਨ ਦੇ ਨਾਲ ਨਵਾਜ਼ਿਆ ਭਾਰਤ ਰਤਨ ਦੇ ਨਾਲ ਸਨਮਾਨ ਸਲਮਾਨਿਤ ਕੀਤਾ ਹੈ ਲਾਲ ਕਿਸ਼ਨ ਅਟਵਾਨੀ ਨੂੰ तकरीबन 94 ਸਾਲਾਂ ਦੀ ਉਹਨਾਂ ਦੀ ਉਮਰ ਹੋ ਚੁੱਕੀ ਹੈ ਰਾਮ ਮੰਦਰ ਅੰਦੋਲਨ ਦੀ ਅਗਵਾਈ ਕੀਤੀ ਸੋਮਨਾਥ ਤੋਂ ਲੈ ਕੇ ਅਯੁੱਧਿਆ ਤੱਕ ਉਹਨਾਂ ਨੇ ਰਥ ਯਾਤਰਾ ਕੀਤੀ ਸੀ ਜਿਸ ਤੋਂ ਬਾਅਦ ਇਹ ਕਹਿ ਲਿਆ ਜਾਵੇ ਕਿ ਭਾਜਪਾ ਦੀ ਲਾਈਨ ਜीडीसी ਦੀ ਉਸ ਨੂੰ ਲੋਕਾਂ ਦੇ ਵਿਚਾਲੇ ਲੈ ਕੇ ਗਏ ਤੇ ਉਸ ਤਸਵੀਰ ਦੇ ਵਿਚਾਲੇ ਅਸਦੀ ਹੈ ਤਸਵੀਰ ਇੱਕ ਕੜੀ ਵਾਂਗ ਹੋਰ ਜੁੜਦੀ ਹੈ ਪਦਮ ਵਿਭੂਸ਼ਣ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ ਸੀ ਤੇ ਅੱਜ ਭਾਰਤ ਰਤਨ ਦੇ ਨਾਲ ਉਹਨਾਂ ਨੂੰ ਨਵਾਜ਼ਿਆ ਗਿਆ ਭਾਰਤ ਰਤਨ ਸਨਮਾਨ ਲਾਲ ਖਸ਼ਨੜਵਾੜੀ ਨੂੰ ਦਿੱਤਾ ਗਿਆ ਉਪ ਰਾਸ਼ਪਤੀ ਜਗਦੀਪ ਤਨਖਟ ਰਾਸ਼ਪਤੀ ਦ੍ਰੋਪਦੀ ਮੁਰਮੂ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ